Thank you.
Thank you.
Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ, ਬੜੇ ਹੀ ਸੁਰੀਲੇ ਢੰਗ ਨਾਲ ਗੁਰਮੁਖ ਸੰਗੀਤ ਪਰੰਪਰਾ ਦੇ ਅਧੀਨ ਜੋ ਦੋ ਦਿਨ ਦਾ ਰਾਗ ਦਰਬਾਰ ਆਪ ਜੀ ਸਰਵਣ ਕਰ ਰਹੇ ਸਮਾਪਤੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਰ ਘਰ ਦੇ ਕੀਰਤਨੀ, ਸੁਰੀਲੇ ਕੀਰਤਨੀ, ਪਿਆਰ ਵਾਲੇ ਕੀਰਤਨੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜੂਰਾ ਜੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਸਮਾਪਤੀ ਕੀਤੀ। ਮੈਂ ਸ਼ੁਕਰਾਨਾ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕਰੋੜਾਂਵਾਰ, ਜਿਨ੍ਹਾਂ ਨੇ ਅਸੀਸ ਦਿੱਤੀ, ਬਾਬਾ ਜੀ ਜਿਨ੍ਹਾਂ ਨੇ ਹੁਕਮ ਕੀਤਾ ਹੈ ਕਿ ਗੁਰਮਤਿ ਸੰਗੀਤ ਰਾਗ ਦਰਬਾਰ ਦਾ ਦੋ ਦਿਨ ਦਾ ਕੀਰਤਨ ਦਰਬਾਰ, ਸੰਤ ਬਾਬਾ ਗੁਰਦੇਵ ਸਿੰਘ ਜੀ, ਬਾਬਾ ਕੁਲਵੰਤ ਸਿੰਘ, ਸਾਰੇ ਪਿਆਰੇ ਸਿੰਘਾਂ ਨੇ ਮੇਰੇ ਨਾਲ, ਮੇਰੇ ਪਿਆਰੇ ਭਾਈ ਸਤਨਾਮ ਸਿੰਘ ਜੀ ਬੈਠੇ ਨੇ, ਗਿਆਨੀ ਜੀ, ਸਾਰੇ ਹੀ ਗੁਰਮਤਿ ਸੰਗੀਤ ਕੀਰਤਨ ਨੂੰ ਪ੍ਰੇਮ ਕਰਦੇ ਨੇ। ਅਸੀਂ ਦਿੱਲੀ ਵੀ ਦੋ ਦਿਨ ਦਾ ਤਕਰੀਬਨ ਸਟੂਡੈਂਟਸ ਦੇ ਨਾਲ ਅਸੀਂ ਰਾਤ ਦਰਬਾਰ ਕਰਦੇ ਹਾਂ ਸਥਾਨ ਦੇ ਸਮਾਗਮ 'ਤੇ। ਮੈਂ ਭਾਈ ਸਾਹਿਬ ਦਾ, ਭਾਈ ਕਮਲਜੀਤ ਸਿੰਘ ਦਾ ਬਹੁਤ ਸ਼ੁਕਰਾਨਾ ਕਰਦਾ ਜੋ ਸਾਡੀ ਸੇਵਾ ਲੱਗੀ। ਦੋ ਦਿਨ ਦੇ ਕੀਰਤਨ ਦਰਬਾਰ ਦੀ ਹਮੇਸ਼ਾ ਲੱਗਦੀ ਹੈ। ਅਸੀਂ ਆਸ ਕਰਦੇ ਹਾਂ ਕਿ ਆਪ ਨੂੰ ਆਨੰਦ ਆਇਆ ਹੋਵੇਗਾ, ਕਿਉਂਕਿ ਇਹ ਸਾਡੀ ਪਰੰਪਰਾ ਹੈ। ਰਾਗਾਤਮਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਰਾਗ ਇਹਨਾਂ ਨੇ ਆਪ ਜੀ ਨੂੰ ਕਿਹੜੇ ਪਿਆਰ ਨਾਲ, ਰਾਗ ਬਿਹਾਗੜਾ, ਰਾਗ ਜੈਜਾਵੰਤੀ ਅਤੇ ਰਾਗ ਸੁਰਟ ਤਿੰਨ ਰਾਗ ਸਰਵਣ ਕਰਾਏ। ਡਾਕਟਰ ਸਾਹਿਬ ਨੇ ਆਪ ਨੂੰ ਤਿੰਨ ਰਾਗ ਦੇ ਵਿੱਚ ਸ਼ਬਦ ਸਰਵਣ ਕਰਾਏ। ਇਹਨਾਂ ਦਾ ਅਸੀਂ ਅਸਥਾਨ ਵੱਲੋਂ, ਬਾਬਾ ਜੀ ਵੱਲੋਂ, ਸਾਰੇ ਗੁਰੂ ਗੋਬਿੰਦ ਸਿੰਘ ਅਤੇ ਬਾਕੀ ਸਿੰਘਾਂ ਵੱਲੋਂ, ਸੰਗਤ ਵੱਲੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਜੀ ਆਪਦੇ ਹਾਂ। ਇਹਨਾਂ ਦੇ ਨਾਲ ਧੰਕੀ ਸਾਹਿਬ ਭਾਈ ਇਕਜੋਤ ਸਿੰਘ ਜੀ ਅਤੇ ਭਾਈ ਨਵਜੋਤ ਸਿੰਘ ਜੀ। ਬੇਟਾ ਨਵਜੋਤ ਸਿੰਘ ਤੁਹਾਡੇ ਇਲਾਕੇ ਦਾ ਹੀ ਹੈ, ਇੱਥੇ ਦਾ ਇਲਾਕੇ ਦਾ ਹੀ ਹੈ, ਇਹ ਉੱਥੇ ਅਕੈਡਮੀ ਤੋਂ ਸਿੱਖਦਾ ਹੈ। ਅਤੇ ਦੇਖੋ 12-13 ਸਾਲ ਦੀ ਉਮਰ ਹੈ ਅਤੇ ਸਾਰੇ ਕੀਰਤਨੀਆਂ ਨਾਲ ਕੌਨਫੀਡੈਂਸ ਦੀ ਵੀ ਗੱਲ ਹੁੰਦੀ ਹੈ। ਉੱਥੋਂ ਤੱਕ ਵੱਡੇ ਤੋਂ ਵੱਡੇ ਇੰਨੇ ਵੱਡੇ ਜੱਜਾਂ ਨੂੰ ਸਿੱਖ ਜਾਂਦੇ ਨੇ, ਗੱਲ ਕੌਨਫੀਡੈਂਸ ਦੀ ਹੁੰਦੀ ਜੀਵਨ ਦੇ ਵਿੱਚ। ਕੌਨਫੀਡੈਂਸ ਉਦੋਂ ਆਉਂਦਾ ਜਦੋਂ ਤੁਸੀਂ ਰਿਆਜ਼ ਹੀ ਹੁੰਦੇ, ਫਿਰ ਆਪਣੇ ਆਪ ਹੀ ਆ ਜਾਂਦਾ ਅਤੇ ਚੱਲਦੇ ਚੱਲਦੇ ਆਪਣੇ ਸਾਧਕ ਬਣ ਜਾਣਗੇ। ਮੈਂ ਸ਼ੁਕਰਾਨਾ ਕਰਦਾ ਹਾਂ ਸਾਰੇ ਮਿਲਕ ਸੰਤ ਜਨਾਮ ਦੇ ਨਾਲ ਜਿਸ ਗੱਲ ਕਰਕੇ ਸਮਾਪਤੀ ਕਰੀ ਜੀ। ਭੁੱਲਾਂ ਚੁੱਕਾਂ ਦੀ ਕੀਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਿ ਸ੍ਰੀ ਜੀ ਆਪ ਸਬਕ ਭਾਈ ਭਾਈ ਜਿਨ੍ਹਾਂ ਨੇ ਰਾਤ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਇਸ ਕੀਰਤਨ ਦਰਬਾਰ ਦੇ ਵਿੱਚ ਚੱਲ ਰਹੇ ਮਹਾਨ ਕੀਰਤਨ ਸਹਿਯੋਗ ਆਪ ਸੰਗਤਾਂ ਦਾ, ਪ੍ਰਿੰਸੀਪਲ ਸੁਬੰਧ ਸਿੰਘ ਜੀ ਦਾ ਪਟਿਆਲਾ, ਸਾਰੇ ਸਟੂਡੈਂਟ, ਸਾਰੇ ਗੁਰੂ ਪਿਆਰੇ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਇਹ ਕੀਰਤਨ ਦਰਬਾਰ ਚੱਲ ਰਹੇ ਹਨ। ਸਰਬੱਤ ਸੰਗਤਾਂ ਦਾਸ ਗੁਰੂ ਸ਼ਬਦ ਤੋਂ ਰਾਹ ਪ੍ਰਾਪਤ ਕਰ ਰਹੀਆਂ ਹਨ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਹੀ ਟੀਮ ਦਾ, ਸਾਰੇ ਪ੍ਰਬੰਧ ਪੀਰਾਂ ਦਾ, ਆਪ ਸਰਬੱਤ ਸੰਗਤਾਂ ਨੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ। ਜਾਗਣਾ ਜਾਗਰ ਨੀਕਾ, ਹਰ ਕੀਰਤਨ ਮੈਂ ਜਾਗਣਾ, ਆਪਣਾ ਜਾਗਣਾ ਸਫਲ ਕਰ ਰਹੇ ਹੋ ਕਿਉਂਕਿ ਇਹ ਨੀਂਦ ਦਾ ਵਕਤ ਹੈ। ਔਰ ਆਪ ਜੀ ਸਰਬੱਤ ਸੰਗਤਾਂ ਜਾਣਦੇ ਹੋ, ਟਰੱਕ ਡਰਾਈਵਰ ਜੋ ਨੇ ਸਾਰੀ ਰਾਤ ਸਫ਼ਰ ਕਰਦੇ ਹਨ, ਹਸਪਤਾਲਾਂ ਦੇ ਵਿੱਚ ਰੋਗੀ ਸਾਰੇ ਵਿਲਕਦੇ ਪਏ ਨੇ, ਉਹਨਾਂ ਨੂੰ ਇਹ ਵਾਲਾ ਜੋ ਆਨੰਦ ਅਸੀਂ ਲਿਆ ਹੈ ਇਹ ਨਹੀਂ ਮਿਲ ਸਕਦਾ, ਉਹਨਾਂ ਦੇ ਕਰਮਾਂ ਵਿੱਚ ਹੈ ਹੀ ਨਹੀਂ। ਜੇ ਜਾਗਣਾ ਸਫ਼ਲ ਕਰਨਾ ਹੈ ਤਾਂ ਸ਼ਬਦ ਦੇ ਨਾਲ ਜੁੜਨਾ ਪਵੇਗਾ, ਸਤ ਸੰਗਤ ਦੇ ਵਿੱਚ ਆਉਣਾ ਪਵੇਗਾ। ਇਹ ਸਾਰੇ ਪ੍ਰੋਗਰਾਮ ਜੋ ਨੇ ਧਾਰਮਿਕ ਪ੍ਰੋਗਰਾਮ ਚੱਲਦੇ ਨੇ, ਇਹ ਗੁਰੂ ਸਾਹਿਬ ਜੀ ਮਿਹਰ ਦੇ ਨਾਲ ਚੱਲ ਰਹੇ ਨੇ। ਔਰ ਧੰਨਵਾਦੀ ਹਾਂ ਸੰਗਤਾਂ ਦੇ ਜਿਨ੍ਹਾਂ ਨੇ ਅੱਜ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜਾਗਣਾ ਸਫਲ ਕੀਤਾ ਹੈ। ਸਭ ਤੋਂ ਜੀ ਕਿਰਪਾ ਕਰਨ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ ਕਰਨ ਜੀ। ਅਸੀਂ ਸਾਰੇ ਰਲ ਮਿਲ ਕੇ ਇਹਨਾਂ ਪ੍ਰੋਗਰਾਮਾਂ ਤੋਂ ਗੁਰਬਾਣੀ ਦੇ ਜ਼ਰੀਏ ਲਾਹੇ ਪ੍ਰਾਪਤ ਕਰਦੇ ਰਹੀਏ। ਕੋਈ ਚੁੱਪ ਦੀ ਹਿਮਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੀ ਸੇਵਾ ਕੀਤੀ ਹੈ। ਅਰਦਾਸ ਕਰਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਆਪਣੇ ਦਰੋ ਕਰੋ ਸੋਝੀ ਬਖਸ਼ ਕਰਨ ਜੀ। ਕੀਰਤਨ ਦੀ ਜਾਚ ਆ ਰਹੀ ਆਪ ਸੰਗਤਾਂ ਦੀ, ਇਸ ਤਰ੍ਹਾਂ ਹੀ ਸੇਵਾ ਕਰਦੇ ਰਹੀਏ। ਕੀਰਤਨ ਦੀ ਸਮਾਪਤੀ ਹੈ ਜੀ। ਸੰਤ